ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਅਲੱਗ ਤਰੀਕੇ ਦੀ ਮਸਾਲਾ ਭਿੰਡੀ ਇਹ ਭਿੰਡੀ ਦੀ ਸਬਜ਼ੀ ਜਿਹੜੀ ਹੈ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਜਲਦੀ ਬਣਦੀ ਹੈ ਔਰ ਟੇਸਟ ਬਹੁਤ ਹੀ ਜ਼ਿਆਦਾ ਬਣ ਕੇ ਇਹ ਤਿਆਰ ਹੁੰਦੀ ਹੈ ਅਤੇ ਇਹ ਮੈਂ ਕਿਵੇਂ ਬਣਾ ਕੇ ਤਿਆਰ ਕੀਤੀ ਹੈ ਇਹਦੇ ਵਿੱਚ ਮੈਂ ਕੀ ਪਾਇਆ ਵੀਡੀਓ ਤੁਸੀਂ ਲਾਸਟ ਤੱਕ ਜ਼ਰੂਰ ਦੇਖਣੀ ਹੈ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ मेरे चैनल पंजाबी मसाला तड़का नूं सबसक्राइब करके मैनू सपोर्ट जरूर करियो नाल लगते बैल आइकन ते प्रेस करके ऑल ते जरूर क्लिक करियो मेरी आई हुई वीडियो दी नोटिफिकेशन पाण दे लई ते कमेंट करना बिल्कुल भी ना भुल्या करो तुहाडे कमेंट मैनू मोटीवेट करदे आ और जेकर कोई क्वेरी हुंदी है ते प्लीज़ कमेंट बॉक्स विच जरूर पूछ लिया करो ते चलिए देखने आ भिंडी किवें बना के तैयार करनी है ਇੱਥੇ ਮੈਂ ਅੱਧਾ ਕਿਲੋ ਭਿੰਡੀਆਂ ਲਈਆਂ ਸੀ ਭਿੰਡੀਆਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਧੋ ਕੇ ਸੁੱਕੇ ਕੱਪੜੇ ਦੇ ਨਾਲ ਪੋਂਛ ਕੇ ਇਹਨਾਂ ਨੂੰ ਸੁਕਾ ਲਿਆ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ 3-4 ਭਿੰਡੀਆਂ ਸਿਰਫ ਮੈਂ ਰੱਖੀਆਂ ਸੀ ਤੁਹਾਨੂੰ ਦਿਖਾਉਣ ਦੇ ਲਈ ਮੈਂ ਕਿਵੇਂ ਕੱਟ ਕੇ ਇਹ ਤਿਆਰ ਕੀਤੀਆਂ ਆ ਭਿੰਡੀਆਂ ਤੁਸੀਂ ਸਾਈਜ਼ ਦੇਖ ਸਕਦੇ ਹੋ ਨਾ ਤਾਂ ਜ਼ਿਆਦਾ ਮੋਟਾ ਅਤੇ ਨਾ ਹੀ ਜ਼ਿਆਦਾ ਪਤਲਾ ਹੈ ਹੁਣ ਜਿਹੜੀਆਂ ਛੋਟੀਆਂ ਭਿੰਡੀਆਂ ਇਹ ਮੈਂ ਤੁਹਾਨੂੰ ਦਿਖਾ ਰਹੀ ਹਾਂ ਮੈਂ ਕਿਵੇਂ ਕੱਟੀਆਂ ਛੋਟੀਆਂ ਭਿੰਡੀਆਂ ਨੂੰ ਹੈੱਡ ਔਰ ਟੇਲ ਕੱਟ ਕਰਕੇ ਉੱਪਰ ਔਰ ਨੀਚੇ ਵਾਲਾ ਹਿੱਸਾ ਵਿੱਚੋਂ ਦੀ ਚੀਰਾ ਲਗਾ ਕੇ ਸਿਰਫ 2 ਪੀਸ ਦੇ ਆਪਾਂ ਕਰਨੇ ਆ ਜ਼ਿਆਦਾ ਆਪਾਂ ਬਰੀਕ ਬਰੀਕ ਭਿੰਡੀਆਂ ਜਿਹੜੀਆਂ ਨਹੀਂ ਕੱਟਣੀਆਂ ਜੇਕਰ ਆਪਾਂ ਬਰੀਕ ਬਰੀਕ ਭਿੰਡੀਆਂ ਕੱਟਾਂਗੇ ਤਾਂ ਫਿਰ ਇੱਕਦਮ ਹੀ ਇਹ ਸਿੱਲੀਆਂ ਜਿਹੀਆਂ ਹੋ ਜਾਂਦੀਆਂ ਔਰ ਬਹੁਤ ਹੀ ਜ਼ਿਆਦਾ ਲਚੀਲਾਪਣੇ ਛੱਡਦੀਆਂ ਅਤੇ ਬਹੁਤ ਚੰਗੀਆਂ ਨਹੀਂ ਲੱਗਦੀਆਂ ਖਾਣ ਦੇ ਵਿੱਚ ਵੀ ਔਰ ਦਿਖਣ ਦੇ ਵਿੱਚ ਵੀ ਹੁਣ ਜਿਹੜੀ ਵੱਡੀ ਭਿੰਡੀ ਹੈ ਉਹਦੇ ਮੈਂ 3 ਪੀਸ ਕੀਤੇ ਆ ਕੁਛ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਵਿੱਚੋਂ ਦੀ ਕੱਟ ਕੇ ਫਿਰ ਆਪਾਂ ਇਹਨੂੰ 2-2 ਪੀਸਾਂ ਦੇ ਵਿੱਚ ਕੱਟ ਕਰ ਲਿਆ ਸਾਰੀਆਂ ਭਿੰਡੀਆਂ ਮੈਂ ਇਸੇ ਤਰੀਕੇ ਦੇ ਨਾਲ ਕੱਟ ਕੇ ਤਿਆਰ ਕੀਤੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇੱਕ ਮੈਂ ਵੱਡੇ ਸਾਈਜ਼ ਦਾ ਪਿਆਜ਼ ਲਿਆ ਸੀ ਜਿਹਨੂੰ ਮੈਂ ਰਫਲੀ ਚੌਪ ਕੀਤਾ ਕੋਈ ਇਹਨੂੰ ਮੈਂ ਲੰਬੀ ਸਾਈਜ਼ 'ਚ ਨਹੀਂ ਚੌਪ ਕੀਤਾ ਇੱਕਦਮ ਡਿਫਰੈਂਟ ਤਰੀਕੇ ਦੇ ਨਾਲ ਇਹਨੂੰ ਮੈਂ ਚੌਪ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਔਰ 2 ਹਰੀਆਂ ਮਿਰਚਾਂ ਲਈਆਂ ਬਰੀਕ ਬਰੀਕ ਕੱਟੀਆਂ ਹੋਈਆਂ ਪਿਆਜ਼ ਤੁਸੀਂ ਵੱਡੇ ਸਾਈਜ਼ ਦਾ ਹੀ ਲੈਣਾ ਹੈ ਜਾਂ ਫਿਰ ਤੁਸੀਂ 2 ਜਾਂ 3 ਪਿਆਜ਼ ਵੀ ਪਾ ਸਕਦੇ ਹੋ ਜੇਕਰ ਤੁਹਾਨੂੰ ਪਸੰਦ ਹੈ ਹੁਣ ਚੱਲਦੇ ਹਾਂ ਇਹਨਾਂ ਨੂੰ ਤੜਕਾ ਲਗਾਉਣ गैस के उत्ते कढ़ाई रखी है कढ़ाई दे विच पाने 2 चम्मच वड्डे सरों का तेल तेल जिवें गर्म हो जाएगा फिर आपां इहदे विच जीरा पा देना है और जीरे नूं चंगी तरह दे नाल फ्राई करना है बहुत ही अलग तरीका है बहुत ही नवा तरीका है सब्जी बनाउण दा मैं हर वेले जदों भी भिंडी दा सीजन हुंदा है तां आपणे घर दे विच इसे तरीके दे नाल भिंडी दी सब्जी जिहड़ियां बनाउणी आ बहुत ही जल्दी भी बन जांदी है और टेस्ट भी लगदी है खाण दे विच हुण आपां इहदे विच पा देणियां भिंडियां प्याज ते हरियां मिर्चां ਸਾਰੀਆਂ ਚੀਜ਼ਾਂ ਆਪਾਂ ਇਕੱਠੀਆਂ ਪਾ ਕੇ ਇਹਨਾਂ ਨੂੰ ਮਿਕਸ ਕਰ ਲੈਣਾ ਔਰ ਮਿਕਸ ਕਰਕੇ ਇਹਨਾਂ ਨੂੰ ਆਪਾਂ 3-4 ਮਿੰਟ ਲਈ ਪਕਾਉਣਾ ਖੁੱਲ੍ਹਾ ਛੱਡ ਕੇ ਭਿੰਡੀ ਦੀ ਸਬਜ਼ੀ ਨੂੰ ਕਦੀ ਵੀ ਢੱਕ ਕੇ ਨਹੀਂ ਪਕਾਉਣਾ ਜੇਕਰ ਆਪਾਂ ਇਹਨੂੰ ਢੱਕ ਕੇ ਪਕਾਉਂਦੇ ਹਾਂ ਤਾਂ ਫਿਰ ਇਹ ਲੇਸ ਸੜਦੀਆਂ ਲਚੀਲਾਪਣ ਜਿਹੜਾ ਛੱਡਦੀਆਂ ਨਾ ਤਾਂ ਦਿਖਣ ਵਿੱਚ ਚੰਗੀਆਂ ਲੱਗਦੀਆਂ ਔਰ ਨਾ ਹੀ ਖਾਣ ਦੇ ਵਿੱਚ ਚੰਗੀਆਂ ਲੱਗਦੀਆਂ ਕਿਉਂਕਿ ਹਾਲੇ ਆਪਾਂ ਇਹਦੇ ਵਿੱਚ ਕੋਈ ਵੀ ਮਸਾਲਾ ਨਹੀਂ ਪਾਇਆ ਤਾਂ ਫਿਰ ਇਹ ਬਹੁਤ ਹੀ ਜ਼ਿਆਦਾ ਲੇਸ ਛੱਡਣਗੀਆਂ ਜੇਕਰ ਆਪਾਂ ਇਹਨਾਂ ਨੂੰ ਢੱਕ ਦਿੱਤਾ ਤਾਂ ਅਤੇ ਬਸ ਇਹਨਾਂ ਨੂੰ ਆਪਾਂ ਮਿਕਸ ਕਰਕੇ 3-4 ਮਿੰਟ ਲਈ ਪਕਾ ਲੈਣਾ और इनू आप चलाते रहना गैस की फ्लेम जी है मीडियम ही रखनी है इनू छड़ना बिल्कुल नहीं है जेकर आप छड़ देंगे तो फिर भिंडियां जड़ियाँ वह जल जाएगी और तले ना चिपक जाएगियाँ 3-4 मिनट इन्हों खुला छड़ के मैं पका लिया तुम देख सकते हो कलर चेंज हो गया भिंडियां का भी और प्याज जोड़े सॉफ्ट हो गए हूँ आप मसाले पाने 1 चम्मच भर के ये धनिया पाउडर का पा दें 1/2 चम्मच ना घट मैं पा रही जीरे पाउडर का 1/2 चम्मच पावांगे इहदे विच कश्मीरी लाल मिर्च पाउडर का हल्दी पाउडर पा देने 1/2 चम्मच नालों भी घट थोड़ा जिहा गर्म मसाला 1/4 चम्मच पा दिता नमक पा देने टेस्ट अकॉर्डिंग मैं इत्थे 1/2 चम्मच पाया हुण मेन इनग्रीडियंट पाना जिहदे नाल भिंडियां जिहड़ियां चटपटियां बन के तैयार हुंदियां आमचूर का पाउडर 1/2 चम्मच आमचूर का पाउडर इत्थे मैं पा दिता जेकर तुहाडे कोल कच्चा अंब हैगा तां तुसीं उहनूं कद्दूकस करके उह वी इहदे विच पा सकदे हो ਜਾਂ ਫਿਰ ਕੱਟ ਕੇ ਬਰੀਕ ਬਰੀਕ ਤੁਸੀਂ ਪਾ ਸਕਦੇ ਹੋ ਹੁਣ ਆਪਾਂ ਸਾਰੇ ਮਸਾਲੇ ਜਿਹੜੇ ਆ ਭਿੰਡੀਆਂ ਦੇ ਵਿੱਚ ਮਿਕਸ ਕਰ ਦੇਣੇ ਔਰ ਮਿਕਸ ਕਰਕੇ ਫਿਰ ਤੋਂ ਇਹਨੂੰ ਆਪਾਂ 3-4 ਮਿੰਟ ਪਕਾਉਣਾ ਹੈ ਵੱਧ ਤੋਂ ਵੱਧ 4-5 ਮਿੰਟ ਲੱਗ ਜਾਣਗੇ ਇਹਨੂੰ ਪਕਾਉਂਦੇ ਹੋਏ ਬਸ ਇੰਨੇ ਟਾਈਮ ਦੇ ਵਿੱਚ ਇਹ ਭਿੰਡੀਆਂ ਜਿਹੜੀਆਂ ਬਣ ਜਾਂਦੀਆਂ ਜ਼ਿਆਦਾ ਇਹਨਾਂ ਨੂੰ ਟਾਈਮ ਨਹੀਂ ਲੱਗਦਾ ਪਕਾਉਣ ਦੇ ਵਿੱਚ ਔਰ ਇਹਨਾਂ ਨੂੰ ਢੱਕਣਾ ਬਿਲਕੁਲ ਨਹੀਂ ਹੈ ਫਿਰ ਤੋਂ ਉਸੇ ਤਰੀਕੇ ਦੇ ਨਾਲ ਆਪਾਂ ਪਕਾਉਣਾ ਜਿੱਦਾਂ ਆਪਾਂ ਪਹਿਲੇ 3-4 ਮਿੰਟ ਪਕਾਇਆ ਲਗਾਤਾਰ ਹਿਲਾਉਂਦੇ ਹੋਏ ਹੁਣ ਜਿਹੜਾ ਆਮਚੂਰ ਪਾਊਡਰ ਆਪਾਂ ਇਹਦੇ ਨਾਲ ਇਹਦੇ ਵਿੱਚ ਪਾਇਆ ਇਸ ਇਹਦੇ ਨਾਲ ਜਿਹੜਾ ਹੈ ਭਿੰਡੀਆਂ ਲਚੀਲਾਪਣ ਛੱਡਣਾ ਜਿਹੜਾ ਬੰਦ ਕਰ ਦੇਣਗੀਆਂ ਔਰ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਗੀਆਂ 3-4 ਮਿੰਟ ਇਹਨਾਂ ਨੂੰ ਚਲਾਉਂਦੇ ਹੋਏ ਮੈਂ ਬਣਾ ਲਿਆ ਸਬਜ਼ੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਲਰ ਵੀ ਚੇਂਜ ਹੋ ਗਿਆ ਸਾਰੀ ਸਬਜ਼ੀ ਜਿਹੜੀ ਹੈ ਸੌਫਟ ਹੋ ਗਈ ਹੈ ਪੱਕ ਚੁੱਕੀ ਹੈ ਔਰ ਮਸਾਲੇ ਜਿਹੜੇ ਉਹਨਾਂ ਦਾ ਵੀ ਕੱਚਾਪਣ ਜਿਹੜਾ ਨਿਕਲ ਗਿਆ ਹੋਇਆ ਅਤੇ ਦੇਖੋ ਤੁਸੀਂ ਕਿੰਨੀ ਵਧੀਆ ਲੱਗ ਰਹੀ ਹੈ ਦੇਖਣ ਦੇ ਵਿੱਚ ਹੀ ਔਰ ਚਟਪਟ ਇਹ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ
ते तुसी भी एक बार मेरे इस दसे हुए तरीके दे नाल जरूर बना के देखियो। सब्जी बहुत ही टेस्टी लगती है। हुण इह सब्जी गर्मा गर्म सर्व कर लैने आ। देखो तुसी देखण दे विच ही कलर देखो सब्जी का किन्ना वधिया आया, टैक्सचर देखो किन्ना वधिया आया सब्जी का, और भिंडी की एक एक जिहड़ा पीस है वह दिख रहा, और प्याज भी दिख रहा इहदे विच। इस तरीके दे नाल जो तुसी भिंडी बनाओगे तो बहुत ही वधिया लगेगी खाण दे विच। और यकीन मनो तुसी दो दी जगह चार रोटियां खा जाओगे, इन्नी ज़्यादा लाजवाब यह लगेगी भिंडी की सब्जी। तुहानू मेरी रेसिपी तुहानू किवें लगी है प्लीज़ कमेंट करके जरूर दस्यो। जेकर थोड़ी जिही भी चंगी लगी है लाइक करियो, शेयर करियो। मेरे चैनल पंजाबी मसाला तड़का नू सबसक्राइब किए बगैर ना जायो। जेकर तुसी मेरे चैनल ते पहली बार विजिट कर रहे हो तो उत्तों की गार्निश कर दिता आपां हरे धनिए दे नाल। कमेंट करना बिल्कुल भी ना भुलिया करो, तुहाडे कमेंट मैनू मोटीवेट करदे आ। बहुत ही सिंपल अते ईजी रैसपी कोशिश रहिंदी है मेरी तुहाडे नाल शेयर करने की। इदां दी सिंपल अते आसान रैसपी लैके फिर तो आवांगी। उदों तक दे लई सत श्री अकाल जी।